ਬਰਨਾਲਾ ਦੇ ਵਿੱਚ ਇੱਕ ਪਾਸੇ ਜ਼ਿਮਨੀ ਚੋਣ ਦਾ ਪ੍ਰਚਾਰ ਚੱਲ ਰਿਹਾ ਹੈ ਤੇ ਦੂਜੇ ਪਾਸੇ BKU ਉਗਰਾਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ। DC ਆਫਿਸ ਦੇ ਬਾਹਰ BKU ਉਗਰਾਹਾਂ ਦੇ ਵੱਲੋਂ ਧਰਨਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਝੋਨੇ ਦੀ ਖਰੀਦ ਸਹੀ ਢੰਗ ਦੇ ਨਾਲ ਨਹੀਂ ਹੋ ਰਹੀ ਤੇ ਨਾ ਹੀ DAP ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਜੇ ਅਜਿਹਾ ਹੀ ਲਗਾਤਾਰ ਜਾਰੀ ਰਿਹਾ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ। ਦੇਖੋ, ਅਸੀਂ 17 ਤਰੀਕ ਤੋਂ ਅਸੀਂ ਮੋਰਚਾ 'ਚ ਹੀ ਹਾਂ ਝੋਨੇ ਦੀ ਵਿਕਰੀ ਨੂੰ ਲੈ ਕੇ ਅਤੇ DAP ਦੀ ਸ਼ਾਰਟ ਨੂੰ ਲੈ ਕੇ, ਜਿਹੜੀ ਪਰਾਲੀ 'ਤੇ ਪਰਚੇ ਪਾਏ ਜਾਂਦੇ, ਕਿਸਾਨਾਂ ਨੂੰ ਜੁਰਮਾਨੇ ਕੀਤੇ ਜਾ ਰਹੇ ਨੇ ਅੱਗ ਲਾਉਣ ਦੇ ਸੰਬੰਧ 'ਚ, ਉਹਨਾਂ ਗੱਲਾਂ ਨੂੰ ਲੈ ਕੇ ਅਸੀਂ ਲਗਾਤਾਰ ਮੋਰਚਾ 'ਚ ਹਾਂ। ਪਰ ਸਿੱਧਮ ਦੀ ਗੱਲ ਇਹ ਹੈ ਵੀ ਬਰਨਾਲਾ ਜਿਹੜਾ ਜ਼ਿਮਨੀ ਚੋਣ ਦਾ ਕੇਂਦਰ ਵੀ ਬਣਿਆ ਹੋਇਆ, ਜੇ ਵਕਾਰ ਦਾ ਸਵਾਲ ਵੀ ਆਪਦਾ, ਅਤੇ ਪਿੰਡਾਂ ਦੇ ਵਿੱਚ ਮੰਡੀਆਂ ਦੇ ਵਿੱਚ ਝੋਨਾ ਜਿਹੜਾ ਮੰਡੀਆਂ 'ਚ ਭਰਿਆ ਪਿਆ। ਵੈਸੇ ਤਾਂ ਸਾਰੇ ਪੰਜਾਬ ਦੇ ਵਿੱਚ ਹੀ ਰਫ਼ਤਾਰ ਬਹੁਤ ਮੱਠੀ ਚੱਲ ਰਹੀ ਹੈ ਝੋਨੇ ਦੀ, ਝੋਨੇ 'ਤੇ ਕੱਟ ਲਾ ਲਾ ਕੇ ਵਪਾਰੀ ਬਹੁਤ ਲੁੱਟ ਰਹੇ ਨੇ ਕਿਸਾਨਾਂ ਨੂੰ, ਪਰ ਫਿਰ ਵੀ ਦੂਜੀਆਂ ਮੰਡੀਆਂ ਨਾਲੋਂ ਇੰਨੀ ਮੱਠੀ ਰਫ਼ਤਾਰ ਹੈ ਜਿਹੜੀ ਅਸੀਂ ਦੇਖੀ ਆ ਕੱਲ੍ਹ ਪਰਸੋਂ ਮੰਡੀਆਂ 'ਚ ਫਿਰ ਕੇ, ਜਿਹੜੀ ਮੰਡੀਆਂ ਭਰੀਆਂ ਪਈਆਂ ਨੇ ਝੋਨੇ ਦੀ ਖਰੀਦ ਜਿਹੜੀ ਬਹੁਤ ਨਾ ਮਾਤਰਾ। ਅੱਜ DC ਸਾਹਿਬ ਨੂੰ ਅਸੀਂ 8 ਤਰੀਕ ਨੂੰ ਅਸੀਂ ਐਲਾਨ ਕੀਤਾ ਵੀ ਅਸੀਂ DC ਸਾਹਿਬ ਦੇ ਦਫ਼ਤਰ ਦਾ ਘਿਰਾਓ ਕਰਾਂਗੇ। ਤੇ ਕਦੋਂ ਕਰਤਾ ਜੀ ਇਹ? ਹੁਣ ਹੋਣਾ ਚਾਹੀਦਾ ਸੀ, ਇਹ ਤੋਂ ਪਹਿਲਾਂ ਹੋਣਾ ਚਾਹੀਦਾ ਸੀ। ਕੀ ਜੇ ਕਰਤਾ, ਸਾਨੂੰ ਤਾਂ ਦਿਖ ਨਹੀਂ ਰਿਹਾ ਕਿਤੇ, ਦੱਸੋ ਕਿੱਥੇ ਕਰਤਾ? ਲੋਕ ਤਾਂ ਅਜੇ ਵੀ ਹਾਹਾਕਾਰ ਮੱਚੀ ਹੋਈ ਹੈ, ਕਣਕ ਬੀਜਣ ਕਿ ਨਹੀਂ ਪਈ ਹੈ, ਝੋਨਾ ਚੱਕਿਆ ਨਹੀਂ ਗਿਆ ਮੰਡੀਆਂ ਦੇ ਵਿੱਚ ਪਿਆ ਝੋਨਾ, ਪਰਾਲੀ 'ਤੇ ਪਰਚੇ ਪਾ ਰਹੇ ਨੇ, ਉੱਧਰ ਦਬਾਅ ਜ਼ਿਆਦਾ ਹੈ, ਇੱਧਰਲੇ ਪਾਸੇ ਗੱਲ ਚੁੱਪ ਨੇ। ਧਰਨਾ ਕਿਉਂ ਤੱਕ ਜਾਰੀ ਰਹੂਗਾ ਜੀ? ਇਹ ਝੰਡਾ ਤੁਸੀਂ ਦੱਸੂਗਾ? ਇੱਕ ਗੱਲ ਕਰੀਏ, ਰਵਦੀਪ ਬਿੱਟੂ ਨੇ ਉਸ ਖੇਤੀ ਦੀ ਗੱਲ ਕੀਤੀ ਕਿ ਪੰਜਾਬ 'ਚ ਦੁਬਾਰਾ ਚੱਲ ਸ਼ੁਰੂ ਹੋਣੀ ਚਾਹੀਦੀ ਹੈ। ਦੇਖੋ, ਰਣਵੀਰ ਕੀ ਸੋਚਦਾ ਹੈ, ਖੇਤੀ ਦੀ ਨੀਤੀ ਕੀ ਹੋਵੇ, ਕਹੀ ਜੀ ਖੇਤੀ ਸ਼ੁਰੂ ਹੋਵੇ ਕੀ ਨਾ ਹੋਵੇ, ਇਹ ਬੇਤੁਕੇ ਜਿਹੇ ਬਿਆਨ ਨੇ, ਇਹ ਵੋਟਾਂ ਦੇ ਵਿੱਚ ਬੜੇ ਵਰਤਦੇ ਆ। ਉਹਨੇ ਇੱਕ ਬਿਆਨ ਦਿੱਤਾ ਵੀ ਫੀਮ ਦੀ ਖੇਤੀ ਸ਼ੁਰੂ ਕਰਾਂਗੇ ਅਸੀਂ, ਯਾਨੀ ਪਹਿਲਾਂ ਨਸ਼ੇ ਦੇ ਭਰਮਾਰ ਇੱਥੇ ਬਹੁਤ ਜ਼ਿਆਦਾ, ਦੂਜੀ ਜਿਹੜੀ ਕਸਰ ਰਹਿੰਦੀ ਹੈ ਬਾਕੀ ਉਹਨਾਂ ਨੇ ਕੱਢਣੀ ਹੈ, ਉਹ ਚਿੱਟੇ 'ਤੇ ਲੱਗ ਗਏ, ਜਿਹੜੇ ਰਹਿੰਦੇ ਨੇ ਉਹ ਫੀਮ ਖਾਣ ਲੱਗ ਜਾਣਗੇ, ਕੋਈ ਦਾਰੂ ਪੀਣ ਲੱਗ ਗਏ, ਕੁਝ ਵਿਦੇਸ਼ਾਂ ਨੂੰ ਭੱਜ ਗਏ, ਬਸ ਇਹ ਛੱਡਣਾ ਨਹੀਂ ਕੋਈ, ਕਿਉਂਕਿ ਨਸ਼ਾ ਇਹ ਕਈਆਂ ਜਿਹੀਆਂ ਪੌੜੀਆਂ ਹੈ ਜਿਹਦੇ ਨਾਲ ਪੈਸੇ ਵੱਧ ਤੋਂ ਵੱਧ ਪੈਸੇ ਵੱਟੇ ਜਾਂਦੇ ਨੇ, ਇਸੇ ਪੌੜੀ ਇਸੇ ਪੈਸਿਆਂ ਦੇ ਜ਼ੋਰ 'ਤੇ ਉਹ ਸਤਾ ਹਾਸਲ ਕਰਦੇ ਨੇ, ਕਿਉਂਕਿ ਇਹਨਾਂ ਨੇ ਪੰਜਾਬ ਦੇ ਵਿੱਚ ਉਹ ਹਿੱਸਾ ਜਿਹੜਾ ਹਿੱਸਾ ਬਚ ਗਿਆ, ਜਿਵੇਂ ਇਹ ਭਲੇ ਭਲੇ ਮੁੰਡੇ ਜਿਹੇ ਹੈਗੇ ਆ ਜਿਹੜੇ ਹੁਣ ਕੁਝ ਨਸ਼ਿਆਂ ਤੋਂ ਦੂਰ ਹੋਏ ਨੇ, ਚਿੱਟੇ ਤੋਂ ਬਚੇ ਹੋਏ ਨੇ, ਸ਼ਰਾਬ ਤੋਂ ਬਚੇ ਹੋਏ ਨੇ, ਹੁਣ ਇਹ ਭੁੱਕੀ ਖਾ ਕੇ ਇਹਨਾਂ ਨੂੰ ਪਤਾ ਨਹੀਂ ਲੱਗਣਾ ਵੀ ਭੁੱਕੀ ਖਾਧੀ ਹੋਈ ਜਾਂਦੀ। ਇਹ ਕਰਨਾ ਚਾਹੁੰਦੇ ਤੁਸੀਂ? ਤੁਸੀਂ ਅੱਜ ਤੱਕ ਦੱਸੋ, ਰਾਜਸਥਾਨ ਦੇ ਵਿੱਚ ਇਹਦੀ ਫੀਮ ਦੀ ਖੇਤੀ ਹੋਈ ਹੈ, UP ਦੇ ਵਿੱਚ ਹੋਈ ਹੈ ਫੀਮ ਦੀ ਖੇਤੀ, ਕਿਹੜਾ ਕਿਸਾਨ ਅਮੀਰ ਹੋਣ ਲੱਗ ਗਿਆ? ਖੇਤੀ ਇਹਨਾਂ ਦੀ ਮੁੱਠੀ 'ਚ ਹੈ, MSP ਇਹਨਾਂ ਦੀ ਮੁੱਠੀ 'ਚ ਹੈ, ਵਿਕਰੀ ਕਰਨ ਵਾਲੇ ਦੀ ਮੁੱਠੀ 'ਚ ਹੈ, ਪ੍ਰੋਡਕਸ਼ਨ ਸਾਡੀ ਹੁੰਦੀ ਹੈ, ਉਹਦਾ ਕੀ ਦੇਣਾ ਕੀ ਨਹੀਂ ਦੇਣਾ ਸਭ ਕਿਹਨਾਂ ਦੀ ਮੁੱਠੀ 'ਚ ਹੈ। ਇਹ ਖਾਮ ਖਾ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਮੁੱਛਣ ਦੀ ਗੱਲ ਹੈ, ਹੋਰ ਕੋਈ ਗੱਲ ਨਹੀਂ। ਲੱਗਦਾ ਜਿਸ ਤਰ੍ਹਾਂ ਕਿਸਾਨ ਅੱਜ ਸਵੇਰ ਮੰਡੀਆਂ 'ਚ ਰੁੜ ਗਏ, ਇਸ ਕਾਰਨ ਚੋਣਾਂ 'ਚ ਸਰਕਾਰ ਨੂੰ ਹੋ ਸਕਦਾ ਘੱਟ? ਇਹ ਤਾਂ ਹੁਣ ਸਰਕਾਰ ਦੇਖੇ, ਅਸੀਂ ਤਾਂ ਕਹਿੰਦੇ ਵੀ ਸਾਡਾ ਨੁਕਸਾਨ ਹੋ ਰਿਹਾ, ਸਾਡੇ ਕਿਸਾਨ ਲੁੱਟੇ ਜਾ ਰਹੇ ਨੇ, ਪ੍ਰਦਰਸ਼ਨ ਕਿੱਥੇ ਕੀਤੇ ਜਾ ਰਹੇ? ਇਹ ਝੰਡਾ ਤੁਸੀਂ ਦੱਸੂਗਾ? ਦੇਖੋ, ਅਸੀਂ ਪਹਿਲਾਂ 13 ਨੂੰ ਵੀ ਐਕਸ਼ਨ ਕੀਤਾ, ਉਸ ਤੋਂ ਬਾਅਦ 17 ਤੋਂ ਲੈ ਕੇ ਲਗਾਤਾਰ ਮੋਰਚਿਆਂ 'ਚ ਸਾਡੇ ਘੱਟੋ ਘੱਟ 25 ਟੂਲ ਬੰਦ ਕੀਤੇ ਹੋਏ ਸੀਗੇ, ਅਤੇ 26-27 ਥਾਵਾਂ 'ਤੇ ਇਹਨਾਂ ਦੇ ਮੰਤਰੀਆਂ ਦੇ ਅਤੇ ਭਾਰਤੀ ਜਨਤਾ ਪਾਰਟੀਆਂ ਦੇ ਆਗੂਆਂ ਦੇ ਬਾਰਾਂ 'ਚ ਬੈਠੇ ਸੀਗੇ। ਉਹ ਅਸੀਂ ਪਿਛਲੇ ਦਿਨਾਂ 'ਚ ਬਦਲ ਕੇ, ਟੂਲ ਪਲਾਜੇ ਜਿਉਂਦੇ ਤਿਉਂ ਚੱਲਦੇ ਅਤੇ ਚੱਲਦੇ ਰਹਿਣਗੇ, ਉਹ ਬਦਲ ਕੇ ਅਸੀਂ ਮਤਲਬ ਜਿਹੜੇ ਚੋਣਾਂ ਵਾਲਾ ਹੈਗਾ ਇਹਨਾਂ ਦਾ MLA ਵਾਲਾ ਬਰਨਾਲਾ ਹੈਗਾ, ਉੱਧਰ ਗਿੱਦੜਬਾਹਾ ਹੈਗਾ, ਜਾਂ ਦੋ ਚੋਣਾਂ ਉੱਧਰ ਹੋ ਰਹੀਆਂ ਗੁਰਦਾਸਪੁਰ ਜਾਂ ਜਲੰਧਰ ਵਾਲੇ ਏਰੀਏ 'ਚ, ਅਸੀਂ ਇਹਨਾਂ 'ਚ ਮਤਲਬ ਆਪਦੀ ਦਾਅ ਵਧਾਈ ਹੋਈ ਹੈ, ਇਹਨਾਂ ਦੇ ਅਸੀਂ ਮੰਤਰੀਆਂ ਦੇ ਬਾਰਾਂ 'ਚ ਬੈਠੇ ਹਾਂ, ਜਿਹੜੇ ਵੀ ਕੈਂਡੀਡੇਟ ਹੈ
ਭਾਰਤੀ ਜਨਤਾ ਪਾਰਟੀ ਦੀ ਹੈ ਚਾਹੇ ਆਪ ਵਾਲਿਆਂ ਦੀ ਹੈ, ਉਹਨਾਂ ਦੇ ਵਾਰ ਕੇ ਧਰਨੇ ਲਾਏ ਹੋਏ ਸੀ। ਉਹ ਧਰਨੇ 'ਚ ਆ ਕੇ ਜਿੰਨਾ ਝੋਨਾ ਬੁਰੀ ਤਰ੍ਹਾਂ ਫਸਿਆ ਹੋਇਆ, ਉਹਦਾ ਕਰਕੇ ਅਸੀਂ ਅੱਜ ਡੀ ਸੀ ਦਾ ਘਿਰਾਓ ਕਰਨਾ ਸੀਗਾ ਇੱਥੋਂ ਦੇ ਬਰਨਾਲੇ ਦਾ। ਬਰਨਾਲੇ ਦਾ ਡੀ ਸੀ ਪਤਾ ਨਹੀਂ ਕਿੱਥੇ ਲੁਕਿਆ ਹੋਇਆ। ਹੁਣ ਇਹ ਜਮੀ ਚਰਜ ਦੀ ਗੱਲ ਹੈ ਵੀ ਸਾਰੇ ਲੋਕਾਂ ਦਾ ਕੰਮ ਇੱਥੇ ਬੰਦ ਹੋ ਗਿਆ, ਅਤੇ ਕੋਈ ਨਹੀਂ ਹੈਗਾ ਕਿ ਇਹਨਾਂ ਦਾ ਅਸੀਂ ਡੀ ਸੀ ਦੂਜੇ ਤਾਂ ਆਪਦਾ ਕੰਮ ਕਰਦੇ ਇੱਥੇ ਦਫ਼ਤਰ 'ਚ ਆ ਕੇ, ਜਿਹਨਾਂ ਦੀ ਪੂਰੀ ਤਰ੍ਹਾਂ ਲਗਭਗ ਕੋਈ ਅਧਿਕਾਰੀ ਅੰਦਰ ਮਿਲਦਾ ਨਹੀਂ। ਜੇ ਤੁਸੀਂ ਜਾਓਗੇ ਤੁਹਾਨੂੰ ਪਤਾ ਲੱਗ ਜੂ। ਅਤੇ ਜਿਹੜੇ ਹੁਣ ਸਾਡੇ ਨਾਲ ਗੱਲਬਾਤ ਕਰਨ ਨੂੰ ਵੀ ਤਿਆਰ ਨਹੀਂ, ਫਿਰ ਉਹ ਲੋਕਾਂ ਦਾ ਕਿੰਨਾ ਕੁ ਉਹਨਾਂ ਨੂੰ ਦਰਬ ਹੈ। ਉਦੋਂ ਉਹ ਕਹਿੰਦੇ ਹੁੰਦੇ ਨੇ ਕੋਈ ਸਮੱਸਿਆ ਹੋਵੇ ਸਾਡੇ ਕੋਲ ਲਿਆ ਕੇ ਦੱਸੋ, ਅਸੀਂ ਇੰਨੇ ਲੋਕ ਸਮੱਸਿਆ ਦੱਸਣ ਵਾਸਤੇ ਆਏ ਹਾਂ, ਪਰ ਇਹ ਸੁਣਨ ਵਾਲਾ ਕੋਈ ਨਹੀਂ। ਅਤੇ ਜਿੱਥੋਂ ਤੱਕ ਉਹਨੂੰ ਲੱਗਦਾ ਵੀ ਐਂ ਕਰਕੇ ਮੁੜ ਜਾਣਗੇ, ਦੇਖੋ ਸਾਨੂੰ ਲੜਨ ਦਾ ਬਹੁਤ ਹਿਸਾਬ ਆਇਆ ਹੋਇਆ, ਜਿੰਨਾ ਸਮਾਂ ਸਾਨੂੰ ਲੜ ਦੇਣਗੇ ਅਸੀਂ ਇਹਦੀ ਚੂੜੀ ਢਿੱਲੀ ਨਹੀਂ ਕਰਦੇ, ਹੋਰ ਕਸਾਂਗੇ। ਉਹਦਾ ਫੈਸਲਾ ਅਸੀਂ ਹੱਥ ਨੇ 4 ਵਜੇ 5 ਵਜੇ ਕਰ ਲਾਂਗੇ, ਜੇ ਸਾਡੇ ਨਾਲ ਗੱਲਬਾਤ ਕਰਕੇ ਕੋਈ ਤਸੱਲੀ ਕਰਾਉਣ ਨੂੰ ਵੀ ਤਿਆਰ ਨਹੀਂ ਵੀ ਅਸੀਂ ਕੀ ਤੇਜ਼ ਕਰਤਾ, ਕੈਦਨਾਂ 'ਚ ਮੰਡੀਆਂ ਚੱਕੀਆਂ ਜਾਣਗੀਆਂ, ਕੀ ਹੋਊਗਾ। ਅਤੇ ਦੂਜੇ ਪਾਸੇ ਸੈਲ ਵਾਲੇ ਕਹਿੰਦੇ ਸਾਡਾ ਝੋਨਾ ਪੂਰਾ ਨਹੀਂ ਹੁੰਦਾ ਸੈਲਰਾਂ ਦਾ, ਜੇ ਪੂਰਾ ਨਹੀਂ ਹੁੰਦਾ ਫਿਰ ਕਾਹਦੇ ਵਾਸਤੇ ਅੜੀਆਂ ਪਈਆਂ ਮੰਡੀਆਂ, ਇਹ ਫਿਰ ਕੱਟਾਂ ਵਾਸਤੇ ਅੜੀਆਂ, ਹੋਰ ਤਾਂ ਕੋਈ ਗੱਲ ਨਹੀਂ। ਜਾਣੀ ਕੱਟ ਲਾਉਣਾ ਹੈ 5 ਕਿਲੋ ਦਾ ਤਾਂ ਆਮ ਹੀ ਪਤਾ ਲੱਗ ਗਿਆ ਵੀ ਭਾਈ 5 ਕਿਲੋ 5% ਕੱਟ ਲਾ ਲਿਆ, ਇਹ 5 ਨੂੰ 10 ਤੇ ਲਿਜਾਣਾ ਕਿ 15 ਤੇ ਲਿਜਾਣਾ, ਉਹਦੇ ਖਾਤਰ ਝੋਨਾ ਫਸਿਆ, ਹੋਰ ਝੋਨੇ ਨੂੰ ਕੁਛ ਨਹੀਂ ਹੋਇਆ। ਦੇਖੋ ਅੱਜ ਅਸੀਂ 5 ਵਜੇ ਹੱਥ ਨੇ 4 ਵਜੇ ਮੀਟਿੰਗ ਕਰਕੇ 5 ਕੁ ਵਜੇ ਦੇ ਲਗਭਗ ਅਸੀਂ ਗਾਹਾਂ ਵਾਲਾ ਐਲਾਨ ਕਰਾਂਗੇ। ਜੇ ਸਾਡੀ ਕੋਈ ਗੱਲ ਸੁਣੀ ਨਹੀਂ ਜਾਂਦੀ, ਜੇ ਸੁਣੀ ਜਾਂਦੀ ਫਿਰ ਵੀ ਸੋਚਾਂਗੇ, ਨਾ ਸੁਣੀ ਗਈ ਅਸੀਂ ਫਿਰ ਵੀ ਸੋਚਾਂਗੇ, ਕਿਉਂਕਿ ਅਸੀਂ ਇਕੱਲੀਆਂ ਇੱਟਾਂ ਘੇਰਨ ਤਾਂ ਆਏ ਨਹੀਂ। ਇਹਦਾ ਮੁਖੀ ਹੈ ਡੀ ਸੀ ਸੰਦੀਪ ਜੀ ਦੀ ਕੁਰਸੀ ਹੈ ਜਿਹੜਾ ਜ਼ਿਲ੍ਹੇ ਦਾ ਮੁਖੀ ਹੈ, ਅਸੀਂ ਤਾਂ ਉਹਦੇ ਕੋਲ ਆਪਦਾ ਦਰਦ ਲੈ ਕੇ ਆਏ ਹਾਂ। ਠੀਕ ਹੈ, ਅਸੀਂ ਘਰਾਓ ਦਾ ਐਲਾਨ ਕੀਤਾ, ਫਿਰ ਘਰਾਓ ਹੁੰਦੇ ਹੀ ਹੁੰਦੇ ਅਧਿਕਾਰੀ ਜੇ ਕੋਈ ਆਪਦੀ ਜ਼ਿੰਮੇਵਾਰੀ ਨਾ ਨਿਭਾਵੇ ਫਿਰ ਕਿਉਂ ਨਹੀਂ ਘਰਾਓ ਹੋਣਗੇ। ਇਕੱਲੇ ਬਰਨਾਲੇ ਨਹੀਂ, ਇਕੱਲੇ ਬਰਨਾਲੇ ਆ ਇਹ, ਪਹਿਲਾਂ ਅਸੀਂ ਬਠਿੰਡੇ ਕੀਤਾ, ਡੀ ਸੀ ਨੂੰ ਘੇਰ ਕੇ ਰੱਖਿਆ, ਰਾਤ ਦੇ 7:30 ਵਜੇ ਛੱਡਿਆ, ਉਹ ਵੀ ਉਹਨਾਂ ਦੇ ਵਾਅਦੇ 'ਤੇ। ਉਸ ਤੋਂ ਬਾਅਦ ਤਾਂ ਚੰਡੀਗੜ੍ਹ ਤੋਂ ਜਿਹੜੀ ਪੂਰੇ ਪੰਜਾਬ ਦੀ ਮੰਡੀਆਂ ਦੀ ਇੰਚਾਰਜ ਹੈ, ਉਹਨੇ ਕਿਹਾ ਡੀ ਸੀ ਨੂੰ ਵੀ ਐਡਾ ਰੌਲਾ ਪੈ ਗਿਆ, ਫਿਰ ਤੂੰ ਜਾਂਦਾ ਕਿਉਂ ਨਹੀਂ ਮੰਡੀਆਂ 'ਚ, ਉਹਨੇ ਕੰਨ ਫੜ ਕੇ ਜੇ ਕਹਿਣਾ ਹੋਇਆ ਮੰਡੀਆਂ 'ਚ ਤੋਰਿਆ। ਅਤੇ ਜਿੱਦੇ ਅਸੀਂ ਐਲਾਨ ਕੀਤਾ ਤੇਜ਼ੀ ਤਾਂ ਉਹਦੇ ਵੀ ਆ ਗਈ, ਪਰਸੋਂ ਦਾ ਐਲਾਨ ਕਰਿਆ, ਪਰਸੋਂ ਤੋਂ ਬਾਅਦ ਇਹਨਾਂ ਨੂੰ ਮੰਡੀਆਂ ਬਰਨਾਲੇ ਦੀਆਂ ਵੀ ਦੇਖਣ ਲੱਗ ਗਈਆਂ। ਦੇਖੋ ਜਿਹੜਾ ਅਮਨੀਤ ਬਿੱਟੂ ਬੋਲਿਆ, ਅਸੀਂ ਕਹਿੰਦੇ ਬਹੁਤ ਮਾੜਾ ਬੋਲਿਆ ਹੋਇਆ। ਦੇਖੋ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਗਾਲਾਂ ਕੱਢਦਾ ਸੀ, ਹੁਣ ਉਹ ਭਾਰਤੀ ਜਨਤਾ ਪਾਰਟੀ 'ਚ ਜਾ ਵੜਿਆ। ਇੱਥੋਂ ਤੱਕ ਉਹ ਦੋਸ਼ ਲਾਉਂਦਾ ਹੈ ਵੀ ਉਹ ਇਹਨਾਂ ਨੇ ਗੱਡੀਆਂ ਲੁੱਟੀਆਂ, ਇਹਦਾ ਮਤਲਬ ਜਿਹੜੀਆਂ ਕੋਈ ਗੱਡੀਆਂ ਸੀ ਲੁੱਟੀਆਂ ਸੀ ਉਹ ਜਦੋਂ ਸਾਨੂੰ ਬਿੱਟੂ ਨੇ ਕਢਾਇਆ, ਉਹ ਕਿਤੇ ਕੇਸ ਦਰਜ ਹੋਇਆ ਉਹ ਸਾਡੇ 'ਤੇ ਕਿਤੇ ਚੱਲਿਆ, ਉਹ ਸਾਡੀ ਕੋਈ ਗ੍ਰਿਫਤਾਰੀ ਹੋਣੀ ਚਾਹੀਦੀ ਸੀ, ਉਹਨੇ ਕੇਸ ਵਾਪਸ ਕਰਾਤਾ। ਇੱਥੋਂ ਮੁੜ ਕੇ ਜਿਹੜੇ ਪਾਕਿਸਤਾਨ 'ਚ ਤਾਲਿਬਾਨ ਹੈ ਉਹਨਾਂ ਨਾਲ ਜੋੜਦਾ ਹੈ, ਹੁਣ ਜਮੀ ਜਾਂਦੀ ਸਿਰ ਦੀ ਹੱਦ ਹੈ ਵੀ ਤੁਹਾਡਾ ਆਪਦਾ ਸਟੈਂਡ ਕੀ ਹੈ। ਉਹ ਕਹਿੰਦਾ ਮੈਂ ਜਾਇਦਾਦ ਦੀ ਇਹਨਾਂ ਦੀ ਉਹ ਕਰਾਉਣੀ ਹੈ, ਅਸੀਂ ਮੈਂ ਤੁਹਾਡੇ ਮਾਧਿਅਮ ਨਾਲ ਕਹਿਣਾ ਚਾਹੁੰਦਾ ਉਹਨੂੰ ਚੈਲੇਂਜ ਕਰਦੇ ਹਾਂ, ਅਸੀਂ ਆਪਦੀ ਜਾਇਦਾਦ ਦੀ ਪੂਰੀ ਪੜਤਾਲ ਕਰਾਉਣ ਨੂੰ ਤਿਆਰ ਹਾਂ। ਕੀ ਉਹ ਆਪਦੀ ਜਾਇਦਾਦ ਦੀ ਪੜਤਾਲ ਕਰਾਉਣ ਨੂੰ ਤਿਆਰ ਹੈ? ਅਤੇ ਜਿਹਦੀ ਪੜਤਾਲ ਕਰਕੇ ਨਜਾਇਜ਼ ਬਣਾਈ ਹੋਈ ਉਹ ਗਰੀਬਾਂ 'ਚ ਵੰਡਣ ਨੂੰ ਤਿਆਰ ਹੈ? ਸਾਡੀ ਜਿਹੜੀ ਵਾਧੂ ਹੋਈ ਉਹ ਅਸੀਂ ਕਹਿੰਦੇ ਗਰੀਬਾਂ 'ਚ ਵੰਡ ਦਿਆਂਗੇ, ਜਿਹੜੀ ਵੀ ਵਾਧੂ ਹੈ ਉਹ ਸਾਡੇ ਨਾਲ ਵਾਧਾ ਕਰੇ ਆਪੇ ਮੈਦਾਨ 'ਚ ਇਸ ਰੂਪ 'ਚ।